ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 8th ਐਕਸਰਸਾਈਜ਼ 8.4 ਸੋ ਜਿਹਦਾ ਕੁਐਸਚਨ ਹੈ 3rd ਅਤੇ 3rd ਦਾ ਫਸਟ ਪਾਰਟ ਹੈ ਸਾਡੇ ਕੋ ਸਾਈਨ ਸਕਰ 63 ਡਿਗਰੀ ਸਾਈਨ ਸਕਰ 27 ਡਿਗਰੀ ਕੋਸ ਸਕਰ 17 ਡਿਗਰੀ ਕੋਸ ਸਕਰ 73 ਡਿਗਰੀ ਸੋ ਜਦੋਂ ਵੀ ਇਹੋ ਜਿਹਾ ਕੁਐਸਚਨ ਆਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਸਾਈਨ ਤੇ ਕੋਸ ਦਾ ਸਾਡੇ ਕੋ ਰਿਲੇਸ਼ਨ ਹੁੰਦਾ ਹੈ ਇਕੁਅਲ ਟੂ 1 ਸੈਕੈਂਟ ਤੇ ਟੈਨ ਦਾ ਹੁੰਦਾ ਹੈ ਇਕੁਅਲ ਟੂ 1 ਮਾਈਨਸ ਦੇ ਵਿੱਚ ਇਸ ਤਰ੍ਹਾਂ ਕੋਸੈਕੈਂਟ ਤੇ ਕੋਟ ਵੀ ਮਾਈਨਸ ਸਾਡੇ ਕੋ ਹੁੰਦਾ ਹੈ 1 ਸੋ ਹੁਣ ਸਾਡੇ ਕੋ ਹੈ ਸਾਈਨ ਪਰ ਸਭ ਤੋਂ ਪਹਿਲਾਂ ਸੀ ਨੇ ਦੋਵੇਂ ਐਂਗਲਸ ਨੂੰ ਐਡ ਕਰੀਏ ਤਾਂ 63 uh, 27 ਕਰੀ ਤਾਂ ਸਾਡੇ ਕੋਲ ਆਉਂਦਾ ਹੈ 90 ਡਿਗਰੀ ਸੋ ਇਸ ਤਰ੍ਹਾਂ 17 73 ਨੂੰ ਐਡ ਕਰੀਏ ਤਾਂ ਸਾਡੇ ਕੋਲ ਆਉਂਦਾ ਹੈ 90 ਸੋ ਜਦੋਂ ਸਾਡੇ ਕੋਲ ਇਹਦਾ ਸਮ 90 ਬਣੇ ਤਾਂ ਸਾਡੇ ਕੋਲ ਫਾਰਮੂਲੇ ਹੋਣਗੇ sin 90° θ cos θ ਸੋ ਇਸ ਤਰ੍ਹਾਂ ਹੀ ਸਾਡੇ ਕੋਲ cos 90° θ ਬਣੇਗਾ sin θ ਸੋ ਹੁਣ ਅਸੀਂ ਇਸ ਨੂੰ ਅਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਆ ਗਿਆ sin² 90° ਅਸੀਂ ਕਰ ਦਿੰਦੇ ਹਾਂ 27° sin² 27° ਸੋ ਧਿਆਨ ਰੱਖਣਾ ਹੈ ਕਿ ਅਸੀਂ ਮਾਈਨਸ ਕਿਸ ਤਰ੍ਹਾਂ ਕਰਨਾ ਹੈ ਸੋ ਦੇਖੋ ਜੋ ਦੂਸਰੇ ਸਾਡੀ ਰੇਸ਼ਿਓ ਦੇ ਨਾਲ ਐਂਗਲ ਪਿਆ ਉਹ ਅਸੀਂ ਮਾਈਨਸ ਕਰਨਾ ਹੈ ਕਿਉਂ ਕਿਉਂਕਿ 90 ਚੋਂ 27 ਮਾਈਨਸ ਕਰਨਗੇ ਤੁਹਾਡੇ ਕੋਲ 63 ਆ ਗਿਆ ਆ ਗਿਆ ਨਾ ਜਿਕਰ ਅਸੀਂ 63 ਮਾਈਨਸ ਕਰਦੇ ਤਾਂ ਸਾਡੇ ਕੋਲ 27 ਆ ਜਣਾ ਸੀ ਕੁਐਸਚਨ ਗਲਤ ਹੋ ਜਾਣਾ ਸੀਗਾ ਸੋ ਇਹ ਧਿਆਨ ਰੱਖਣਾ ਹੈ ਕਿ ਸਾਡੇ ਕੋਲ ਦੋਵਾਂ ਐਂਗਲਸ ਦੇ ਨਾਲ ਵੈਲਿਊ ਜਿਹੜੀ ਸਾਡੇ ਕੋਲ ਏਕਾਣੀ ਚਾਹੀਦੀ ਹੈ ਸੋ ਕਿਸ ਤਰ੍ਹਾਂ ਪਹਿਲਾਂ ਇਸ ਨੂੰ ਵੀ ਚੇਂਜ ਕਰ ਲਈ ਅਸੀਂ ਇਹ ਵੀ ਸਾਡੇ ਕੋਲ ਇਸ ਤਰ੍ਹਾਂ ਆ ਜੀਗਾ cos² 90° 73° cos² 73° sin 90° θ cos θ ਮਤਲਬ ਕਿ ਜੋ ਵੀ ਇੱਥੇ ਐਂਗਲ ਹੁੰਦਾ ਹੈ ਸਾਡੇ ਕੋਲ ਉਹੀ ਇੱਧਰ ਜਾ ਕੇ चेंज होकर लगता है साढ़े को इधर आ जाएगा कोज स्केयर ट्वेंटी सैवन डिग्री प्लस ए आ गया साढ़े को सैंस स्केयर ट्वेंटी सैवन डिग्री सो य भी साढ़े को इस तरह ही आ गया कोज स्केयर सैवनटी थ्री डिग्री प्लस ये को साइन सो कोज स्केर चेंज होना है सैन सकेयर सैवनी थ्री डिग्री प्लस कोज स्केयर सैवनटी थ्री डिग्री सो कोज स्केर थीटा प्लस सैंस स्केयर थीटा इज इक्वल टू है वन बेशक प्लस के फॉर्मूला है इधर आ जाए इधर चल जाए ਕੋਈ ਪ੍ਰੋਬਲਮ ਨਹੀਂ ਠੀਕ ਹੈ ਸੋ ਇਹ ਸਾਡੇ ਕੋਲ ਉੱਪਰ ਹੀ ਵਨ نیچے ਹੀ ਵਨ 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 ਕੈਨਸਲ ਤਾਂ ਅਨਸਰ ਆ ਗਿਆ ਵਨ ਇਸ ਦਾ ਮਤਲਬ ਇਹ ਸਾਡੇ ਕੋਲ ਇ ਇਕੁਅਲ ਟੂ ਆ ਗਿਆ ਵਨ ਦੇ ਇਸ ਤੋਂ ਬਾਅਦ ਸਾਡੇ ਕੋਲ ਸੈਕਿੰਡ ਕੁਐਸਚਨ ਹੈ ਜਿਸ ਦੇ ਵਿੱਚ ਸਾਡੇ ਕੋਲ ਸਾਈਨ 코ਸ ਦਿੱਤਾ ਹੋਇਆ ਹੈ 코ਸ ਸਾਈਨ ਦਿੱਤਾ ਹੋਇਆ ਹੈ ਸੋ ਇਸ ਦੇ ਵਿੱਚ ਅਸੀਂ ਦੋਵੇਂ ਐਂਗਲ ਜਿਹੜੇ ਨੇ ਇਹਨਾਂ ਨੂੰ ਐਡ ਕਰਦੇ ਹਾਂ ਸਾਡੇ ਕੋਲ ਹੈ 25 65 ਸੋ ਦੋਵਾਂ ਨੂੰ ਐਡ ਕੀਤਾ 10 62 8 9 ਵਨ ਸਾਡੇ ਕੋਲ ਆ ਗਿਆ 90 ਡਿਗਰੀ ਸੋ ਇਹ ਸਾਡੇ ਕੋਲ 90 ਬੰਦਾ ਇਸ ਤਰ੍ਹਾਂ ਇਹ ਸਾਡੇ ਕੋਲ 25 ਤੇ 65 ਇਹ 90 ਬਣੇਗਾ ਸੋ ਇਹ ਵੀ ਅਸੀਂ ਚੇਂਜ ਕਰਦੇ ਹਾਂ ਦੇਖੋ sin 90 ਡਿਗਰੀ ਮਾਈਨਸ ਅਸੀਂ ਕਰ ਦਿੰਦੇ ਹਾਂ ਇੱਥੇ 65 ਡਿਗਰੀ ਨਾਲ ਸਾਡੇ ਕੋਲ ਹੈ cos 65 ਡਿਗਰੀ ਪਲੱਸ ਇਹ ਆ ਗਿਆ ਸਾਡੇ ਕੋਲ cos 90 ਡਿਗਰੀ ਮਾਈਨਸ 65 ਡਿਗਰੀ ਦੇ ਨਾਲ ਪਿਆ ਸਾਡੇ ਕੋਲ sin 65 ਡਿਗਰੀ ਸੋ ਇਹਨੂੰ ਸੋ ਅਲੋਕ ਕੀਤਾ ਸਾਡੇ ਕੋ ਆ ਗਿਆ cos θ cos θ ਚ ਆ ਜਾਏਗਾ ਨਾ ਸੋ 65 ਇੱਥੇ cos ਨਾ ਆ ਗਿਆ 65° ਸੋ ਨਾਲ ਵੀ ਸਾਡੇ ਕੋ cos 65° ਪਿਆ ਹੈ ਤੋਂ ਇਸ ਤੋਂ ਬਾਅਦ ਸਾਡੇ ਕੋ ਆ ਗਿਆ sin 65° ਇਹ ਵੀ ਸਾਡੇ ਕੋ ਆ ਗਿਆ sin 65° ਹੁਣ ਦੋਵੇਂ cos ਜਦੋਂ ਆਪਸ ਵਿੱਚ ਮਲਟੀਪਲਾਈ ਹੋਏ ਤਾਂ ਸਾਡੇ ਕੋ ਹੋਏਗੀ ਪਾਵਰ ਵਾਧੇਗੀ ਨਾ ਤਾਂ ਸਾਡੇ ਕੋ ਆ ਜਾਏਗਾ cos² 65° sin² 65° degree. ਸੋ ਹੁਣ ਇਹ ਸਾਡੇ ਕੋਲ ਇੱਕ ਆਇਡੈਂਟੀਟੀ ਬਣ ਗਈ। ਸੋ ਐਂਗਲ ਦੇਖੋ ਸਾਡੇ ਕੋਲ ਸੇਮ ਹੈ 65 65 θ θ θ ਸਾਡੇ ਕੋਲ ਆਜੇਗਾ ਇਕਵਲ ਟੂ 1। ਸੋ ਇਹ ਸਾਡੇ ਕੋਲ ਕੀ ਆਜੇਗਾ ਇਕਵਲ ਟੂ 1 ਆਨਸਰ। ਸੋ ਐਸੀ ਸਾਡੇ ਕੋਲ ਕੁਐਸਚਨ ਨੰਬਰ 3 ਜਿਸ ਦੇ ਵਿੱਚ ਸਾਡੇ ਕੋਲ ਦੋ ਕੁਐਸਚਨ ਸੀਗੇ। ਸੋ ਦੋਵਾਂ ਨੂੰ ਅਸੀਂ ਦੇਖੋ ਦੋਵੇਂ ਫਾਰਮੂਲੇ ਸਾਡੇ ਕੋਲ sin 90° θ ਜਾਂ cos 90° θ ਸੀ ਲਗਾਏ ਹਨ। ਸੋ ਇਸ ਲਈ ਹਰ ਕੁਐਸਚਨ ਕਰਨ ਦੇ ਲਈ ਤੁਹਾਨੂੰ ਟ੍ਰਿਗਨੋਮੈਟਰੀ ਦਾ ਤੁਹਾਨੂੰ ਇਸ ਤੇ ਕਨਸੈਪਟ ਬਾਰੇ ਜਦੋਂ ਤੱਕ ਨਹੀਂ ਪਤਾ ਤਾਂ ਅਸੀਂ ਉਹ ਕੁਐਸਚਨ ਜਿਹੜਾ ਕਿ ਨਹੀਂ ਕਰ ਸਕਦੇ। ਇਸ ਲਈ ਪ੍ਰੈਕਟਿਸ ਜ਼ਰੂਰ ਕਰਨੀ ਹੈ ਔਨ ਦਾ ਪ੍ਰੈਕਟਿਸ ਹੀ ਤੁਸੀਂ ਜਿਹੜਾ ਕੁਐਸਚਨਸ ਨੂੰ ਕਰ ਸਕਦੇ ਹੋ ਸੋ ਜੇਕਰ ਤੁਸੀਂ ਇਸ ਨੂੰ ਰੱਟਾ ਲਾਣ ਲੱਗੇ ਕੁਐਸਚਨਸ ਨੂੰ ਫਾਰਮੂਲੇਸ ਨੂੰ ਤਾਂ ਦੇਖੋ ਸਾਡੇ ਕੋ ਕਿੰਨੇ ਫਾਰਮੂਲੇਸ ਹਨ ਇੱਕ ਸੀ ਇੱਕ ਤੋਂ ਅਸੀਂ 4 ਬਣਾਤੇ 5 ਹੀ ਹੋਗੇ 5 ਹੀ ਹੋਗੇ 5 ਹੀ ਹੋਗੇ ਫਿਰ 15 ਫਾਰਮੂਲੇ ਜਾਂ 15 ਫਾਰਮੂਲੇ ਸਾਡੇ ਕੋ ਇਹ ਬਣ ਰਹੇ ਹਨ ਸੋ ਇਹ ਸਾਰੇ ਬਣ ਕਿੱਦਾਰੇ ਸਿਰਫ ਇੱਕ ਫਾਰਮੂਲੇ ਤੋਂ ਡਰਾਈਵ ਹੋ ਰਹੇ ਆ ਠੀਕ ਹੈ ਇਹਦਾ ਮਤਲਬ ਤੁਸੀਂ ਕਨਸੈਪਟ ਕਲੀਅਰ ਕਰੋ ਇਹ ਵਾਲਾ ਤਾਂ 4 ਆਪੇ ਬਣਨਗੇ ਇਹ ਦੇਖੋ ਇਹ ਵੀ 4 ਆਪੇ ਬਣਨਗੇ ਇਹਨੂੰ ਕਲੀਅਰ ਕਰੋ ਤਾਂ ਇਹ ਵੀ 4 ਆਪੇ ਬਣਨਗੇ So thank you. Will next class is next question then